ਇੱਕ ਪਾਸੇ ਦੇਸ਼ ਦੀ ਕੁੱਲ ਜਨਸੰਖਿਆ ਦਾ ਵੱਡਾ ਹਿੱਸਾ ਭੁੱਖੇ ਪੇਟ ਸੌਂ ਜਾਂਦਾ ਹੈ, ਦੂਜੇ ਪਾਸੇ ਸਾਡੇ ਗੋਦਾਮਾਂ ਦੀ ਦੇਖਭਾਲ ਕਰਨ ਵਾਲੇ ਇੰਸਪੈਕਟਰ ਅਤੇ ਉੱਚ ਅਧਿਕਾਰੀ ਖੁੱਲ੍ਹੇ ਗੋਦਾਮਾਂ ਵਿੱਚ ਕਣਕ ਦੀ ਮੀਂਹ ਅਤੇ ਧੁੱਪ ਤੋਂ ਕੋਈ ਸੰਭਾਲ ਨਹੀਂ ਕਰਦੇ, ਜਿਸ ਕਾਰਨ ਦੇਸ਼ ਵਿੱਚ ਹਰ ਸਾਲ ਲੱਖਾਂ ਕਰੋੜਾਂ ਟਨ ਅਨਾਜ ਬਰਬਾਦ ਹੋ ਜਾਂਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਕੁਝ ਦਿਨ ਪਹਿਲਾਂ ਪਈ ਬਾਰਿਸ਼ ਵਿੱਚ, ਜਦੋਂ ਖਰੀਦ ਏਜੰਸੀ ਪੰਸਦ ਦੇ ਗਿੱਦੜਵਾ ਕੋਟਬਾਈ ਰੋਡ ਤੇ ਸਥਿਤ ਖੁੱਲ੍ਹੇ ਗੋਦਾਮ ਵਿੱਚ ਬਾਰਿਸ਼ ਆਉਣ ਸਮੇਂ ਇੰਸਪੈਕਟਰ ਵੱਲੋਂ ਕਣਕ ਦੇ ਚੱਕਿਆਂ ਨੂੰ ਤਰਪਾਲਾਂ ਨਾਲ ਨਹੀਂ ਢਕਵਾਇਆ ਗਿਆ ਸੀ, ਜਿਸ ਕਾਰਨ ਗੋਦਾਮ ਵਿੱਚ ਪਏ 9-10 ਕਣਕ ਦੇ ਚੱਕਿਆਂ ਤੇ ਬਾਰਿਸ਼ ਦਾ ਪਾਣੀ ਨੇ ਮਾਰ ਕਰ ਦਿੱਤੀ। ਜਦੋਂ ਪੱਤਰਕਾਰਾਂ ਦੀ ਟੀਮ ਮੌਕੇ ਤੇ ਪੁੱਜੀ ਤਾਂ ਗੋਦਾਮ ਵਿੱਚ ਇੰਸਪੈਕਟਰ ਤਾਂ ਨਹੀਂ ਸੀ, ਪਰੰਤੂ ਪੱਤਰਕਾਰਾਂ ਦੇ ਕੈਮਰਿਆਂ ਨੂੰ ਦੇਖਦਿਆਂ ਹੀ ਉੱਥੇ ਮੌਜੂਦ ਲੇਬਰ ਵੱਲੋਂ ਤੁਰੰਤ ਚੱਕਿਆਂ ਨੂੰ ਤਰਪਾਲਾਂ ਨਾਲ ਟਕਰਾ ਸ਼ੁਰੂ ਕਰ ਦਿੱਤਾ। ਬਾਰਿਸ਼ ਦਾ ਪਾਣੀ ਕਣਕ ਦੇ ਗੱਟਿਆਂ ਵਿੱਚ ਮਾਰ ਕਰ ਜਾਂਦਾ ਹੈ, ਜਿਹੇ ਵਿੱਚ ਕਣਕ ਦਾ ਭਾਰ ਜ਼ਰੂਰ ਵੱਧ ਜਾਂਦਾ ਹੈ, ਪਰ ਕਣਕ ਵਿੱਚ ਪਾਣੀ ਪੈਣ ਕਾਰਨ ਗੱਟੇ ਅੰਦਰਲੀ ਕਣਕ ਬੁਰੀ ਤਰ੍ਹਾਂ ਸੜ ਜਾਂਦੀ ਹੈ ਅਤੇ ਅਕਸਰ ਹੀ ਇੰਸਪੈਕਟਰ ਦੇ ਅਧਿਕਾਰੀ ਇਸ ਕਣਕ ਦਾ ਤੋਲ ਬਾਰਿਸ਼ ਦੇ ਦਿਨਾਂ ਵਿੱਚ ਕਥਿਤ ਤੌਰ ਤੇ ਪਾਣੀ ਨਾਲ ਵਧਾ ਕੇ ਇਸ ਕਣਕ ਨੂੰ ਬਾਹਰੀ ਰਾਜਾਂ ਵਿੱਚ ਜਾਣ ਵਾਲੀਆਂ ਸਪੈਸ਼ਲ ਗੱਡੀਆਂ ਰਾਹੀਂ ਭੇਜ ਦਿੰਦੇ ਹਨ, ਪਰ ਵਿਭਾਗ ਦੇ ਅਧਿਕਾਰੀ ਲਗਾਤਾਰ ਆਪਣਾ ਪੱਖ ਦੱਸਣ ਤੋਂ ਟਾਲਦੇ ਰਹੇ ਹਨ। ਜਦੋਂ ਕਿ ਅੱਜ ਖੀਰ ਹੋਰ ਕੋਈ ਪੇਸ਼ ਨਾ ਜਾਂਦੀ ਦੇਖ ਇੰਸਪੈਕਟਰ ਮਨਿੰਦਰ ਸਿੰਘ ਨੂੰ ਆਪਣਾ ਪੱਖ ਰੱਖਣਾ ਹੀ ਪਿਆ ਅਤੇ ਲਓ ਸੁਣ ਲਓ ਕੀ ਕਹਿੰਦੇ ਹਨ ਇੰਸਪੈਕਟਰ ਮਨਿੰਦਰ ਸਿੰਘ। ਤੁਸੀਂ ਵਿਜ਼ਿਟ ਕੀਤਾ ਹੀ ਹੈ ਜੀ ਉਸ ਦਿਨ? ਹਾਂਜੀ। ਤਰਪਾਲਾਂ ਮੇਰੇ ਖਿਆਲ 5-6 ਚੱਕੇ ਸੀਗੇ ਜਿਨ੍ਹਾਂ 'ਚ ਨਹੀਂ ਸੀਗੀਆਂ, ਕਾਫੀ ਸੀਗੇ, 5-7 ਹੋਣਗੇ ਜੀ, ਹੈ ਨਾ। ਉਹ ਐਂ ਜੁੱਤੀਆਂ ਤਾਂ ਸਾਰਿਆਂ ਦੀ ਹੁੰਦੀਆਂ ਜੀ, ਉਹ ਕੁਛ ਬਾਰਿਸ਼ ਕਰਕੇ ਤੁਹਾਨੂੰ ਪਤਾ ਉਸ ਦਿਨ ਬਾਰਿਸ਼ ਤੇਜ਼ ਸੀ, ਹਵਾ ਹੁਵਾ ਨਾਲ ਉੱਡ ਜਾਂਦੀਆਂ, ਬਾਕੀ ਤਾਂ ਆਲਮੋਸਟ ਸੀਗੀਆਂ। ਬਾਕੀ ਲੇਬਰ ਉੱਥੇ ਹੈਗੀ ਹੈ ਜੀ, ਸਾਡੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਲੇਬਰ ਲੂਬਰ ਸਾਰੇ ਪਾਸੇ ਹੁੰਦੀ ਆ, ਉਹ ਇਸੇ ਕੰਮ ਨੂੰ ਹੈ ਜੀ। ਅਤੇ ਕਈ ਵਾਰੀ ਇਸ ਹੈਪਨਿੰਗ 'ਚ ਉੱਡ ਵੀ ਜਾਂਦੀਆਂ ਜੀ ਹਵਾ ਹੁਵਾ ਦੇ ਵਿੱਚ, ਉਹ ਬਾਅਦ 'ਚ ਸਹੀ ਕਰਵਾ ਦਿੰਦੇ ਹਾਂ। ਜਿਹੜੇ ਚੱਕੇ ਕੁਛ ਤੁਹਾਨੂੰ ਲੱਗਦੇ ਜ਼ਿਆਦਾ ਡੈਮੇਜ ਪੋਜੀਸ਼ਨ ਵਾਲੇ ਆ, ਉਹ ਚੱਕੇ ਹੈਗੇ ਬਹੁਤ ਪੁਰਾਣੇ, ਉਹਨਾਂ ਦੀ ਪੋਜੀਸ਼ਨ ਉਸ ਤਰ੍ਹਾਂ ਦੀ ਨਹੀਂ, ਉਹਨਾਂ ਦੇ ਨੈੱਟ ਵਗੈਰਾ ਨਹੀਂ ਸੈੱਟ ਹੁੰਦੇ, ਤਾਂ ਕਰਕੇ ਉਹਨਾਂ ਜਿਹਨਾਂ ਚੱਕਿਆਂ ਦੇ ਨੈੱਟ ਸਾਡੇ ਸੈੱਟ ਆ ਜਾਂਦੇ ਅਸੀਂ ਨੈੱਟ ਬੰਨ ਦਿੰਦੇ ਹਾਂ। ਕਈ ਚੱਕਿਆਂ ਦੀ ਪੋਜੀਸ਼ਨ ਬਹੁਤ ਜ਼ਿਆਦਾ ਪੁਰਾਣੇ ਹੋਣ ਕਰਕੇ ਉਸ ਤਰ੍ਹਾਂ ਦੀ ਹੈ ਕਿ ਨੈੱਟ ਵਗੈਰਾ ਨਹੀਂ ਸੈੱਟ ਹੁੰਦੇ। ਕਿੰਨੇ ਕੁ ਮਾਲ ਦਾ ਜਿਹੜਾ ਡੈਮੇਜ ਕਿੰਨਾ ਹੋਇਆ? ਡੈਮੇਜ ਮਾਲ ਤਾਂ ਸਰ ਇਸ ਤਰ੍ਹਾਂ ਵੀ 2010-11 ਦਾ ਮਾਲ ਵੀ ਪਿਆ ਇੱਥੇ, ਉਹ ਹੁਣ SCI ਵੱਲੋਂ ਨੋਨ ਇੰਸ਼ੋਰੇਬਲ ਹੈ, ਉਹਦੇ ਟੈਂਡਰ ਵਗੈਰਾ ਹੋ ਚੁੱਕੇ, ਉਹ ਕਾਫੀ ਮਾਲ ਚੁਕਾ ਵੀ ਦਿੱਤਾ ਤੋਂ ਪਹਿਲਾਂ, ਬਾਕੀ ਜਲਦੀ ਚੱਕਿਆ ਜਾਊਗਾ। ਜਿਹੜੀ ਸ਼ਨੀਵਾਰ ਨੂੰ ਬਾਰਿਸ਼ ਨਾਲ ਤਾਂ ਕੋਈ ਡੈਮੇਜ ਨਹੀਂ ਹੋਇਆ ਜੀ, ਉਹ ਤਾਂ ਇਸ ਤਰ੍ਹਾਂ ਤਾਂ ਮਾੜੇ ਮੋਟੇ ਨਾਲ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਜੀ, ਬਾਕੀ ਉਹ ਤਾਂ ਪੁਰਾਣਾ ਮਾਲ ਹੈ ਜੀ ਸਾਡਾ ਜਿਹੜਾ ਕੋਈ 2-4 ਚੱਕਿਆਂ ਦਾ ਡਿੱਗਿਆ, ਸ਼ਨੀਵਾਰ ਦੀ ਬਾਰਿਸ਼ ਨਾਲ ਨਹੀਂ ਕੋਈ ਇਸ ਤਰ੍ਹਾਂ ਦਾ ਅਸਰ ਵਾਲੀ ਗੱਲ ਹੈ ਜੀ। ਪ੍ਰੋਪਰ ਇਨਫੋਰਮੇਸ਼ਨ ਤਾਂ ਹਜੇ ਨਹੀਂ ਆਈ ਆਫਿਸ 'ਚੋਂ ਜੀ, ਵੈਸੇ ਮਤਲਬ ਨਹੀਂ ਪੰਜ-7 ਦਾ ਨਹੀਂ ਜੀ, ਟੈਂਡਰ ਹੋ ਚੁੱਕਿਆ ਮੇਰੇ ਕੋਲ, ਐਗਜੈਕਟ ਮਤਲਬ ਅਮਾਊਂਟ ਦੀ ਮੇਰੇ ਕੋਲ ਚਿੱਠੀ ਨਹੀਂ ਆਈ ਜੀ, ਬਟ ਪਤਾ ਲੱਗ ਹੀ ਜਾਂਦਾ ਜੀ ਲਿੰਕ ਦੀ ਹੈ, ਮਾਲ ਦੇ ਟੈਂਡਰ ਹੋ ਚੁੱਕੇ ਜੀ। ਸੋਨੀ ਟੱਲਾ, ਦਿਵਿਆ ਪੰਜਾਬ TV, ਗਿੱਦੜਬਾਹਾ।